ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਬਿਲਕੁਲ ਸਿਰ ਤੇ ਆਣ ਪਹੁੰਚਿਆ ਹੈ ਕੁਝ ਇਲਾਕਿਆਂ ਦੇ ਵਿੱਚ ਲੱਗ ਵੀ ਚੁੱਕਾ ਹੈ ਜਿਹੜੇ ਏਰੀਏ ਤਾਰਾਂ ਤੋਂ ਪਾਰ ਨੇ ਉਹਨਾਂ ਦੇ ਵਿੱਚ ਜਾਂ ਫਿਰ ਕੁਝ ਇਲਾਕਿਆਂ ਦੇ ਵਿੱਚ 16 ਜੂਨ ਤੋਂ ਝੋਨਾ ਲੱਗਣਾ ਹੈ ਕੁਝ 19 ਤੋਂ ਤੇ ਕੁਝ 21 ਜੂਨ ਤੋਂ ਕੁਝ ਜ਼ਿਲ੍ਹੇ ਜਿਹੜੇ ਚਾਲੂ ਹੋ ਜਾਣੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਆਪਾਂ ਨੂੰ ਕੁਝ ਪੈੜਾਂ ਜੜੀਆਂ ਨੱਪਣੀਆਂ ਚਾਹੀਦੀਆਂ ਨੇ ਜ਼ਰੂਰ ਉਹਨਾਂ ਦੇ ਉੱਤੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਬਾਅਦ ਦੇ ਵਿੱਚੋਂ ਦੀ ਜਾ ਕੇ ਬੜੀਆਂ ਜ਼ਾਦੀਆਂ ਆਪਾਂ ਨੂੰ ਪ੍ਰੋਬਲਮ ਵੇਖਣ ਨੂੰ ਮਿਲਦੀਆਂ ਨੇ ਝੋਨਾ ਫੋਟ ਨਹੀਂ ਕਰਦਾ ਸੁੱਕ ਜਾਂਦੇ ਨੇ ਤੀਲੇ ਜ਼ਿਆਦੇ ਵਿੱਚ ਲਾਉਣੇ ਪੈਂਦੇ ਨੇ ਗਲ ਜਾਂਦੇ ਨੇ ਬੂਟੇ ਗਲੇ ਬੂਟਿਆਂ ਨੂੰ ਸਹੀ ਕਰਨ ਦੇ ਵਾਸਤੇ ਕਈ ਕੁਝ ਪਾਉਣਾ ਪੈਂਦਾ ਹੈ ਝੋਨੇ ਦੀ ਫੋਟ ਕਰਵਾਉਣ ਦੇ ਵਾਸਤੇ ਕਈ ਕੁਝ ਇਹ ਕਰਨਾ ਪੈਂਦਾ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਇਹਨੂੰ ਵਰਤਣ ਤੋਂ ਬਾਅਦ ਵਿੱਚ ਤੁਹਾਡੇ ਝੋਨੇ ਦੇ ਬੂਟੇ ਨਹੀਂ ਗਲਣਗੇ ਝੋਨਾ ਲੱਗਣ ਤੋਂ ਬਾਅਦ ਵਿੱਚ ਵਿੱਚ ਤੁਹਾਨੂੰ ਬੂਟੇ ਨਹੀਂ ਲਾਉਣੇ ਪੈਣਗੇ ਝੋਨਾ ਨਾਲ ਦੀ ਨਾਲ ਤੁਰੇਗਾ ਲਾਉਣ ਤੋਂ ਬਾਅਦ ਵਿੱਚ ਕੋਈ ਜ਼ਿਆਦਾ ਲੰਮੇ ਲੇਟ ਉਹਦੇ ਵਿੱਚ ਨਹੀਂ ਪਾਉਗੀ ਜਿਵੇਂ ਆਮ ਆਪਾਂ ਵੇਨੇ ਹੁੰਨੇ ਆ ਕਿ ਬਹੁਤ ਜ਼ਿੰਮੇਵਾਰਾਂ ਦਾ ਝੋਨਾ 8 8 9 9 ਦਿਨ ਲੈਂਦਾ ਤੁਰੰਨ ਦੇ ਵਿੱਚ ਹੀ ਬੂਟਾ ਖਲੋਣ ਦੇ ਵਿੱਚ ਹੀ ਇਹਨੇ ਇਹਨੇ ਦਿਨ ਲੈ ਜਾਂਦੇ ਨੇ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਜਿਹੜੇ ਕਿਸਾਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਜੜੀ ਕਿਰਪਾ ਕਰਕੇ ਜ਼ਰੂਰ ਦਬਾ ਲਓ ਤਾਂ ਜੋ ਝੋਨੇ ਦੇ ਸੀਜ਼ਨ ਨਾਲ ਰਿਲੇਟਡ ਵੀਡੀਓ ਸਾਰੇ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਜਦੋਂ ਪ੍ਰੋਬਲਮ ਆ ਜਾਂਦੀਆਂ ਨੇ ਉਹਦੇ ਉਦੋਂ ਤਾਂ ਆਪਾਂ ਬੜਾ ਜ਼ਿਆਦਾ ਜ਼ੋਰ ਲਾਉਣਾ ਸ਼ੁਰੂ ਕਰ ਦਿੰਨੇ ਆ ਕਦੀ ਕੁਝ ਪਾਉਨੇ ਆ ਤੇ ਕਦੀ ਕੁਝ ਪਾਉਨੇ ਆ ਪਰ ਅਸਲ ਦੇ ਵਿੱਚ ਉਹ ਪ੍ਰੋਬਲਮ ਜਿਹੜੀਆਂ ਉਹ ਸਮੱਸਿਆ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਸਟਾਰਟਿੰਗ ਹੁੰਦੀ ਆ ਉਹਨਾਂ ਦੀ ਝੋਨੇ ਦੀ ਪਨੀਰੀ ਪੁੱਟਣ ਤੋਂ ਕੋਈ ਵੀ ਪੌਦ ਹੈ ਜਿਹੜੀ ਬਰੀਕ ਪੱਤੇਆਂ ਵਾਲੀ ਏ ਲੰਮੇ ਪੱਤੇਆਂ ਵਾਲੀ ਪਨੀਰੀ ਏ ਉਹ ਹਮੇਸ਼ਾ ਸੂਰਜ ਤੋਂ ਰੌਸ਼ਨੀ ਲੈਣੀ ਬੰਦ ਕਰ ਦਿੰਦੀ ਏ ਜਦੋਂ ਲੈਣੀ ਹੁੰਦੀ ਏ ਪੁੱਟੀ ਜਾਣ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਲਾਉਨੇ ਆ ਉਹਦਾ ਸੂਰਜ ਤੋਂ ਰੌਸ਼ਨੀ ਲੈਣ ਦਾ ਕੰਮ ਕੁਝ ਦਿਨਾਂ ਦੇ ਵਾਸਤੇ ਕੁਝ ਘੰਟਿਆਂ ਦੇ ਵਾਸਤੇ ਖਲੋ ਜਾਂਦਾ ਹੈ ਕਿਉਂਕਿ ਜ਼ਮੀਨ ਦੇ ਨਾਲੋਂ ਪੁੱਟੀ ਜਾਣ ਤੋਂ ਬਾਅਦ ਦੇ ਵਿੱਚ ਪੱਤੇ ਸੁੰਗੜ ਜਾਂਦੇ ਨੇ ਪ੍ਰਕਾਸ਼ ਸੰਸਲੇਸ਼ਨ ਜਿਹੜਾ ਨਹੀਂ ਚੱਲਦਾ ਜਿਹੜੇ ਚੌੜੇ ਪੱਤਿਆਂ ਵਾਲੀਆਂ ਪੌਦਾਂ ਹੁੰਦੀਆਂ ਨੇ ਜਿਵੇਂ ਮਿਰਚ ਹੋ ਗਈ ਬੈਂਗਣ ਹੋ ਗਏ ਇਹੋ ਜੀਆਂ ਚੀਜ਼ਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜਿਵੇਂ ਝੋਨਾ ਹੋ ਗਿਆ ਜਿਵੇਂ ਬਰੀਕ ਪੱਤਿਆਂ ਵਾਲੀ ਪਨੀਰੀਏ ਤਾਂ ਇਹਦੇ ਉੱਤੇ ਬੜਾ ਜ਼ਿਆਦਾ ਪ੍ਰਭਾਵ ਆਪ ਪੈਂਦਾ ਜੇਕਰ ਆਪਾਂ ਪਨੀਰੀ ਨੂੰ ਸਿੱਧਾ ਪੁੱਟ ਕੇ ਝੋਕੇ ਦੇ ਵਿੱਚ ਟ੍ਰਾਂਸਪਲੈਂਟ ਕਰ ਦਿੰਨੇ ਆ ਤੇ ਉਹਦੇ ਨਾਲ ਬੂਟੇ ਜਿਹੜੇ ਆਪਣੇ 8 8 9 9 ਦਿਨ ਖਲੋ ਕੇ ਤੁਰਦੇ ਨੇ ਇੱਕ ਵਾਰੀ ਝੋਨਾ ਬਿਲਕੁਲ ਸੁੱਕ ਕੇ ਤੁਰਦਾ ਹੈ ਜਿਹਦੇ ਨਾਲ ਆਪਣੇ ਝੋਨੇ ਦੇ ਫਟਾਰੇ ਦੇ ਉੱਤੇ ਵੀ ਬੜਾ ਜ਼ਿਆਦਾ ਮਾੜਾ ਪ੍ਰਭਾਵ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਝੋਨੇ ਦਾ ਫਟਾਰਾ ਕਰਵਾਉਣ ਦੇ ਵਾਸਤੇ ਵੀ ਆਪਾਂ ਨੂੰ ਕਈ ਕੋ ਜਿਹੜਾ ਬਾਅਦ ਦੇ ਵਿੱਚ ਆਉਂਦੀ ਪਾਉਣਾ ਪੈਂਦਾ ਹੈ ਨਜਾਇਜ਼ ਮਾਤਰਾ ਦੇ ਵਿੱਚ ਸੋ ਆ ਜਿਹੜਾ ਤਰੀਕਾ ਤੁਸੀਂ ਨੋਟ ਕਰ ਲਿਓ ਜੇ ਝੋਨੇ ਦੀ ਪਨੀਰੀ ਪੁੱਟਣ ਤੋਂ ਲਗਭਗ 24 ਘੰਟੇ ਪਹਿਲਾਂ ਤੁਸੀਂ 80 ਤੋਂ 100 ਐਮਲ ਨੈਨੋ ਯੂਰੀਆ ਦੀ ਸਪਰੇਅ ਕਰਨੀ ਹੈ ਜੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਨੇ ਉਹਨਾਂ ਦੇ ਉੱਤੇ ਤੇ ਪਰਮਲ ਦੀਆਂ ਜੰਨੀਆਂ ਵੀ ਵੈਰਾਈਟੀਆਂ ਨੇ ਉਹਨਾਂ ਦੇ ਉੱਤੇ ਤੁਸੀਂ 24 ਘੰਟੇ ਪਨੀਰੀ ਪੁੱਟਣ ਤੋਂ ਲਗਭਗ ਪਹਿਲਾਂ ਸਪਰੇਅ ਕਰਨੀ ਆ 1 ਐਮਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਜਬਰੇਲਿਕ ਐਸਿਡ ਦੀ ਪਰਮਲ ਦੀਆਂ ਵੈਰਾਈਟੀਆਂ ਦੇ ਉੱਤੇ ਜਬਰੇਲਿਕ ਐਸਿਡ ਆਪਾਂ ਪਾਉਣਾ ਹੈ ਤੇ ਬਾਸਮਤੀ ਦੀਆਂ ਦੇ ਉੱਤੇ ਆਪਾਂ ਨੈਨੋ ਯੂਰੀਆ ਦੀ ਸਪਰੇਅ ਕਰਨੀ ਆ ਇਹ ਸਪਰੇਅ ਜੇਕਰ ਤੁਸੀਂ ਕਰਦੇ ਹੋ ਇਹਦੇ ਨਾਲ ਇੱਕ ਸਟਾਰਟਿੰਗ ਬੂਸਟ ਮਿਲਦਾ ਹੈ ਪੌਦਿਆਂ ਨੂੰ ਪੌਦੇ ਆਹ ਦੇ ਵਿੱਚ ਜਿਆਦੀ ਜਾਨ ਆਉਂਦੀ ਏ ਸੁੱਕਦੇ ਨਹੀਂਗੇ ਪੁੱਟਣ ਤੋਂ ਬਾਅਦ ਦੇ ਵਿੱਚ ਜਦੋਂ ਝੋਨਾ ਆਪਾਂ ਲਾ ਦਿੰਨੇ ਆ ਨਾਲ ਦੀ ਨਾਲ ਪੌਦੇ ਤੁਰਦੇ ਨੇ ਕਿਉਂਕਿ ਖਰਾਕ ਉਹਨਾਂ ਦੇ ਵਿੱਚ ਉਪਲਬਧ ਮਾਤਰਾ ਦੇ ਵਿੱਚ ਪਈ ਹੁੰਦੀ ਆ ਤਾਂ ਬਹੁਤੇ ਜਿਆਦੇ ਦਿਨ ਉਹਨਾਂ ਨੂੰ ਨਹੀਂ ਲੱਗਦੇ ਤੁਰਨ ਦੇ ਵਿੱਚ ਨਾਲ ਦੀ ਨਾਲ ਝੋਨਾ ਤੁਹਾਡਾ ਤੁਰ ਪੈਂਦਾ ਹੈ ਜਦੋਂ ਆਪਾਂ ਉਹਨੂੰ ਪੁੱਟ ਤੇ ਕੇ ਪਨੀਰੀ ਜ਼ਮੀਨ ਦੇ ਵਿੱਚ ਲਾ ਦਿੰਨੇ ਆ ਇਹ ਜਿਹੜੀ ਚੀਜ਼ ਹੈ ਕੋਈ ਇਹਦਾ ਜ਼ਿਆਦਾ ਖਰਚਾ ਨਹੀਂ ਗਾ ਬਿਲਕੁਲ ਸਸਤੀਆਂ ਚੀਜ਼ਾਂ ਨੇ ਪਰ ਇਹਦੇ ਰਿਜ਼ਲਟ ਜਿਹੜੇ ਆਪਾਂ ਨੂੰ ਝੋਨੇ ਦੇ ਫਟਾਰੇ ਦੇ ਉੱਤੇ ਬੜੇ ਜ਼ਿਆਦੇ ਸੋਹਣੇ ਜਾ ਕੇ ਵੇਖਣ ਨੂੰ ਮਿਲਦੇ ਨੇ ਜੇਕਰ ਆਪਾਂ ਇਹ ਕੰਮ ਕਰਦੇ ਆ ਸਪਰੇ ਹਮੇਸ਼ਾ ਤੁਸੀਂ ਸ਼ਾਮ ਦੇ ਵੇਲੇ ਹੀ ਕਰਨੀਆਂ ਇੱਕ ਕਨਾਲ ਦੀਆਂ ਡੋਜ਼ਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਨੇ ਸ਼ਾਮਾਂ ਨੂੰ ਤੁਸੀਂ ਸਪਰੇ ਕਰਨੀਆਂ ਸੂਰਜ ਢਲਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਬੜੇ ਜ਼ਿਆਦੇ ਵਧੀਆ ਰਿਜ਼ਲਟ ਇਹਦੇ ਤੋਂ ਵੇਖਣ ਨੂੰ ਮਿਲਣਗੇ ਚੋਨਾ ਪੁੱਟ ਕੇ ਪਨੀਰੀ ਲਾਉਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਖੁਦ ਬਖੁਦ ਨਜ਼ਰ ਆ ਜਾਣਗੇ ਕਿ ਅਸੀਂ ਪਨੀਰੀ ਦੇ ਉੱਤੇ ਕੋਈ ਨਾ ਕੋਈ ਚੀਜ਼ ਦੀ ਸਪਰੇ ਕੀਤੀ ਸੀ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਕਿਰਪਾ ਕਰਕੇ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਤੇ ਝੋਨੇ ਦੇ ਨਾਲ ਰਿਲੇਟਡ ਵੀਡੀਓ ਹੋਰ ਅਨੇਕ ਆਉਣ ਵਾਲੀਆਂ ਨੇ ਉਹਨਾਂ ਨੂੰ ਵੇਖਣ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀ ਉਹਨੂੰ ਦਬਾ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ